2 ਜੂਨ 2020 ਤੋਂ ਇਹ ਧਰਨਾ ਚੱਲ ਰਿਹਾ, ਸਾਰੇ ਅਧਿਆਪਕ ਵਰਗ ਜਿਹੜਾ ਉਹ ਧਰਨਾ ਦੇ ਰਿਹਾ, ਪਰ ਕੁਛ ਨਹੀਂ ਹੋ ਰਿਹਾ, ਕੋਈ ਤਨਖਾਹ ਨਹੀਂ ਆ ਪਾ ਰਹੀ। ਦੋ ਗੱਲਾਂ ਹੋਰ ਹੈ, ਜਿਹੜਾ GPF ਹੈ 3 ਮਹੀਨੇ ਤੋਂ GPF ਕੱਟਿਆ ਗਿਆ, ਜਿਹੜਾ ਉਹ GPF ਕੱਟਿਆ ਗਿਆ ਉਹ ਸਾਡੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਗਿਆ। ਜਿਨ੍ਹਾਂ ਦਾ NPS ਬਣਦਾ ਉਹ NPS ਵੀ ਇਹਨਾਂ ਨੇ 2 ਮਹੀਨੇ ਤੋਂ ਖਾਤਿਆਂ ਦੇ ਵਿੱਚ ਨਹੀਂ ਪਾਇਆ। ਹਾਂਜੀ, ਅਤੇ ਸਰ ਲੱਗਦਾ ਨਹੀਂ ਤੁਹਾਨੂੰ ਵੀ ਆਉਣ ਵਾਲੇ ਸਮੇਂ 'ਚ ਕਾਫੀ ਜਿਹੜਾ ਆ ਬੋਝ ਆਪਾਂ ਵਿੱਤੀ ਸੰਕਟ ਦੀ ਗੱਲ ਕਰਦੇ ਤਾਂ ਵਿਦਿਆਰਥੀ 'ਤੇ ਨਹੀਂ ਪਊਗਾ ਇਹਦਾ ਅਸਰ ਜੇ ਅਧਿਆਪਕ ਨਹੀਂ ਪੜ੍ਹਾਉਣਗੇ? ਮੈਂ ਮੰਨਦਾ ਮਾਹੌਲ ਬਹੁਤ ਖਰਾਬ ਹੋ ਚੁੱਕਿਆ, ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ। ਪੰਜਾਬ ਸਰਕਾਰ ਦੇ ਕੋਲ ਕੋਈ ਇਹਦਾ ਰੋਡ ਮੈਪ ਨਹੀਂ ਹੈ, ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਕੋਲ ਵੀ ਇਹਦਾ ਕੋਈ ਰੋਡ ਮੈਪ ਨਹੀਂ ਹੈ। ਇਹਦਾ ਹੀਲਾ ਕਰਨ ਦੀ ਬਹੁਤ ਜ਼ਰੂਰਤ ਹੈ, ਬਹੁਤ ਜ਼ਿਆਦਾ ਲੋੜ ਹੈ।